ਇੱਕ ਵਾਰ ਫਿਰ ਤੋਂ ਇੱਕ ਹੋਰ ਗੁਰੂ ਘਰ ਦੇ ਵਿੱਚ ਬੇਦਬੀ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਸ਼ਖਸ ਦੇ ਵੱਲੋਂ ਜੋ ਨੰਗੇ ਸਿਰ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਪਹਿਲੇ ਤਾਂ ਗੁਰੂ ਘਰ ਦੀਆਂ ਚੀਜ਼ਾਂ ਨਾਲ ਛੇੜਛਾੜ ਕਰਦਾ ਹੈ, ਜੰਗਲੇ ਖੋਲ ਦਿੰਦਾ ਹੈ, ਨਿਸ਼ਾਨ ਸਾਹਿਬ ਦੇ ਲਾਗੇ ਆ ਕੇ ਵਾਈਪਰ ਦੇ ਨਾਲ ਛੇੜਛਾੜ ਕਰਦਾ ਹੈ ਤੇ ਫਿਰ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਨੰਗੇ ਸਿਰ ਅਰਦਾਸ ਦੇ ਵਿੱਚ ਬੈਠ ਜਾਂਦਾ ਹੈ ਅਤੇ ਫਿਰ ਗਲੀਚੇ ਖਿਲਾਰਨੇ ਸ਼ੁਰੂ ਕਰ ਦਿੰਦਾ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਕਿ ਇਸ ਸ਼ਖਸ ਦੇ ਵੱਲੋਂ ਤਾਲਾ ਹੱਥ ਫੜ ਕੇ ਸੰਗਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਇਸ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਵੀਡੀਓ ਦੇ ਵਿੱਚ ਇਹ ਸ਼ਖਸ ਜੋ ਕਿ ਗੁਰੂ ਘਰ ਦੇ ਅੰਦਰ ਨੰਗੇ ਸਿਰ ਦਾਖਲ ਹੋਇਆ ਹੈ, ਪਹਿਲੇ ਤਾਂ ਨਿਸ਼ਾਨ ਸਾਹਿਬ ਦੇ ਨੇੜੇ ਲੱਗੇ ਜੰਗਲਿਆਂ ਦੇ ਨਾਲ ਛੇੜਛਾੜ ਕਰਦਾ ਹੈ, ਸਾਰੇ ਜੰਗਲਿਆਂ ਨੂੰ ਖੋਲਣਾ ਸ਼ੁਰੂ ਕਰ ਦਿੰਦਾ ਹੈ। ਜਿਸ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਜਿਸ ਜੰਗਲੇ ਦੇ ਅੰਦਰ ਸਥਾਪਿਤ ਨੇ ਤਾਂ ਉੱਥੇ ਅੰਦਰ ਦਾਖਲ ਹੁੰਦਾ ਹੈ, ਕੋਲ ਪਏ ਵਾਈਪਰ ਦੇ ਨਾਲ ਫਰਸ਼ ਤੇ ਇੱਧਰ ਉੱਧਰ ਘੁੰਮਣ ਲੱਗਦਾ ਹੈ ਅਤੇ ਫਿਰ ਵਾਈਪਰ ਦੇ ਨਾਲ ਨਿਸ਼ਾਨ ਸਾਹਿਬ ਨੂੰ ਵੀ ਛੇੜਦਾ ਹੈ। ਇੱਥੋਂ ਨਿਕਲ ਕੇ ਇਹ ਸ਼ਖਸ ਇਸੇ ਤਰ੍ਹਾਂ ਨੰਗੇ ਸਿਰ ਗੁਰੂ ਘਰ ਦੇ ਗੁਰੂ ਦਰਬਾਰ ਦੇ ਵਿੱਚ ਜਿੱਥੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਸਨ, ਨਿਤਨੇਮ ਤੋਂ ਬਾਅਦ ਦੀ ਅਰਦਾਸ ਹੋ ਰਹੀ ਸੀ ਤਾਂ ਇਹ ਸ਼ਖਸ ਨੰਗੇ ਸਿਰ ਉੱਥੇ ਜਾ ਕੇ ਗੁਰੂ ਘਰ 'ਚ ਬੈਠ ਜਾਂਦਾ ਹੈ ਅਤੇ ਫਿਰ ਕੋਲ ਪਏ ਇੱਕ ਤਾਲੇ ਨਾਲ ਛੇੜਛਾੜ ਕਰਨ ਲੱਗ ਜਾਂਦਾ ਹੈ। ਜਦੋਂ ਇਹ ਗੁਰੂ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਅੰਦਰ ਗਲੀਚੇ ਵੀ ਖਿਲਾਰ ਦਿੰਦਾ ਹੈ। ਗ੍ਰੰਥੀ ਸਿੰਘ ਤੇ ਸੰਗਤ ਅਰਦਾਸ ਸਰਵਨ ਕਰ ਰਹੇ ਸਨ ਜਦ ਇਹ ਸ਼ਖਸ ਉੱਥੇ ਆ ਕੇ ਬਹਿੰਦਾ ਹੈ ਅਤੇ ਫਿਰ ਉੱਠਣ ਲੱਗਿਆਂ ਗਲੀਚੇ ਖਿਲਾਰ ਕੇ ਚਲਾ ਜਾਂਦਾ ਹੈ। ਹੱਥ ਵਿੱਚ ਇਸਦੇ ਇੱਕ ਤਾਲਾ ਸੀ ਜਿਸ ਨਾਲ ਬਾਹਰ ਨਿਕਲ ਕੇ ਇਸਨੇ ਸੰਗਤਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਬਾਅਦ ਵਿੱਚ ਸੇਵਾਦਾਰਾਂ ਦੇ ਵੱਲੋਂ ਅਤੇ ਸੰਗਤ ਦੇ ਵੱਲੋਂ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਜਦੋਂ ਇਸ ਸ਼ਖਸ ਤੋਂ ਨਾਮ ਪਤਾ ਪੁੱਛਿਆ ਜਾਂਦਾ ਹੈ ਤਾਂ ਇਹ ਆਪਣੇ ਆਪ ਨੂੰ ਨੇਪਾਲ ਦਾ ਵਾਸੀ ਦੱਸਦਾ ਹੈ ਜੋ ਲੁਧਿਆਣੇ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਫਿਲਹਾਲ ਪੁਲਿਸ ਨੇ ਉਸਨੂੰ ਹਿਰਾਸਤ 'ਚ ਲਿਆ ਹੈ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਸ਼ਖਸ ਦੇ ਵੱਲੋਂ ਅਜਿਹਾ ਕਰਨ ਦਾ ਕੋਈ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁੱਛ ਪੜਤਾਲ ਤੋਂ ਬਾਅਦ ਹੀ ਸਾਫ਼ ਹੋਏਗਾ ਕਿ ਆਖਿਰ ਇਸ ਸ਼ਖਸ ਨੇ ਅਜਿਹਾ ਕਿਉਂ ਕੀਤਾ ਹੈ। ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੰਗੇ ਸਿਰ ਗੁਰੂ ਘਰ 'ਚ ਵੜਿਆ ਇਹ ਸ਼ਖਸ ਜਗ੍ਹਾ ਜਗ੍ਹਾ ਛੇੜਛਾੜ ਕਰਦਾ ਹੈ, ਗੁਰੂ ਘਰ ਦੀਆਂ ਚੀਜ਼ਾਂ ਨੂੰ ਖਿਲਾਰ ਦਿੰਦਾ ਹੈ, ਗਲੀਚੇ ਤੱਕ ਚੁੱਕ ਦਿੰਦਾ ਹੈ ਅਤੇ ਫਿਰ ਚੱਲਦੀ ਅਰਦਾਸ ਦੇ ਵਿੱਚ ਵੀ ਇਹ ਸ਼ਖਸ ਉੱਥੇ ਬੈਠਾ ਰਹਿੰਦਾ ਹੈ। ਦੱਸ ਦਈਏ ਕਿ ਗੁਰੂ ਘਰ ਫਿਲੌਰ ਦੇ ਪਿੰਡ ਅੱਟੀ ਦਾ ਹੈ, ਜਿੱਥੇ ਇਹ ਸ਼ਖਸ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ। ਜੇਬ 'ਚ ਦੇ ਤੰਬਾਕੂ ਤੇ ਬੀੜੀਆਂ ਮਿਲਦੀਆਂ ਨੇ। ਨੰਗੇ ਸਿਰ ਗੁਰੂ ਘਰ ਦੇ ਅੰਦਰ ਜਾ ਕੇ ਚਾਦਰਾਂ ਨਾਲ, ਗਲੀਚਿਆਂ ਨਾਲ, ਜੰਗਲਿਆਂ ਨਾਲ ਛੇੜਛਾੜ ਕਰਦਾ ਹੈ, ਨਿਸ਼ਾਨ ਸਾਹਿਬ ਦੇ ਨੇੜੇ ਜਾ ਕੇ ਵਾਈਪਰ ਨਾਲ ਉੱਥੇ ਵੀ ਛੇੜਛਾੜ ਕਰਦਾ ਹੈ ਤੇ ਫਿਰ ਗੁਰੂ ਘਰ ਦੇ ਅੰਦਰ ਨੰਗੇ ਸਿਰ ਆ ਕੇ ਚੱਲਦੀ ਅਰਦਾਸ ਦੇ ਵਿੱਚ ਆ ਕੇ ਬੈਠ ਜਾਂਦਾ ਹੈ, ਗਲੀਚੇ ਖਿਲਾਰ ਦਿੰਦਾ ਹੈ ਤੇ ਫਿਰ ਉੱਥੋਂ ਬਾਹਰ ਨਿਕਲ ਜਾਂਦਾ ਹੈ। ਜਦੋਂ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਇਹ ਸੰਗਤ ਤੇ ਹਮਲਾ ਵੀ ਕਰਦਾ ਹੈ। ਜਦੋਂ ਸੰਗਤ ਦੇ ਵੱਲੋਂ ਇਸ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਤੇ ਆਪਣੇ ਆਪ ਨੂੰ ਇਹ ਨੇਪਾਲ ਦਾ ਰਹਿਣ ਵਾਲਾ ਦੱਸਦਾ ਆ ਤੇ ਇਹ ਦੱਸਦਾ ਹੈ ਕਿ ਉਹ ਲੁਧਿਆਣੇ ਦੇ ਵਿੱਚ ਕੰਮ ਕਰ ਰਿਹਾ ਹੈ। ਪਰ ਇੱਥੇ ਗੁਰੂ ਘਰ ਦੇ ਵਿੱਚ ਕੀ ਕਰਨ ਆਇਆ ਤੇ ਕਿਉਂ ਉਹਨੇ ਛੇੜਛਾੜ ਕੀਤੀ, ਇਹ ਅਜੇ ਤੱਕ ਸਾਫ਼ ਨਹੀਂ ਹੋਇਆ। ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਇਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ, ਕੀ ਸਾਰਾ ਮਾਮਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਗੁਰਦੁਆਰਾ ਆਲੇ ਵਾਲਿਆਂ ਨੇ ਸਵੇਰੇ ਟੈਲੀਫੋਨ ਕਰਕੇ ਸੱਦਿਆ ਕਿ ਅਸੀਂ ਇੱਕ ਬੰਦਾ ਫੜਿਆ ਆ ਜਿਹੜਾ ਗੁਰਦੁਆਰੇ ਸਵੇਰੇ ਗੁਰਦੁਆਰੇ ਅੰਦਰ ਹਾਜ਼ਰ ਹੋ ਗਿਆ ਅਤੇ ਜਦੋਂ ਮੈਂ ਗਿਆ, ਮੈਂ ਜਾ ਕੇ ਦੇਖਿਆ ਅਤੇ ਉਹ ਬੰਦੇ ਵੱਲ ਤਾਂ ਇਹਨਾਂ ਨੇ ਫੜਿਆ ਸੀਗਾ ਬੰਦੇ ਨੂੰ। ਅਤੇ ਜਦੋਂ ਉਹਨਾਂ ਉੱਤੇ ਗੱਲਬਾਤ ਕੀਤੀ ਤਾਂ ਉਹ ਕਦੇ ਬੰਦਾ ਦੱਸੀ ਜਾਂਦਾ ਮੈਂ ਨੇਪਾਲ ਦਾ ਹਾਂ, ਕਦੇ ਕਿਸੇ ਪਾਸੇ ਦਾ ਦੱਸਦਾ, ਉਹ ਸਹੀ ਨਹੀਂ ਸੀ ਦੱਸ ਰਿਹਾ। ਅਤੇ ਬਾਅਦ ਦੇ ਵਿੱਚ ਜਦੋਂ
ਮੈਂ ਬਾਕੀ ਸਰਕਾਰ ਤੋਂ ਬੇਨਤੀ ਕਰਦਾ ਵੀ ਜਿਹੜੇ ਬੰਦੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਉਹਨਾਂ ਨੂੰ ਚੈੱਕ ਕਰਕੇ ਤਦ ਪੰਜਾਬ ਦੇ ਵਿੱਚ ਆਉਣ ਦਿੱਤਾ ਜਾਵੇ, ਜਾਂ ਉਹਨਾਂ ਦਾ ਕੋਈ ਵੀ ਕੋਈ ਹਿਸਾਬ ਕਿਤਾਬ ਦਾ ਜਿੱਥੇ ਵੀ ਹੋਵੇ ਪੰਚਾਇਤਾਂ ਨੂੰ, ਜਿੱਥੇ ਕੋਈ ਪਿੰਡ ਦਾ ਬਾਹਲਾ ਰਹਿੰਦਾ ਹੋਵੇ ਤਾਂ ਪੰਚਾਇਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪਿੰਡ ਦਾ ਕਿਹੜੇ ਕਿਹੜੇ ਸੂਬੇ ਦਾ ਬੰਦਾ ਇੱਥੇ ਪਿੰਡ ਕੋਲ ਪੰਚਾਇਤ ਕੋਲ ਆਇਆ, ਅਤੇ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਆ। ਦੂਜੀ ਗੱਲ, ਪਤਾ ਹੀ ਨਹੀਂ ਲੱਗਾ ਬੰਦਾ ਕਿੱਥੇ ਦਾ ਕਿੱਥੇ ਦਾ ਨੇ, ਉਹ ਨੇਪਾਲ ਦੱਸਦਾ। ਬਾਕੀ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਗੁਰਦੁਆਰੇ ਪੁਲਿਸ ਨੇ ਫੜ ਲਿਆ ਜੀ, ਭਾਵ ਬੰਦਾ ਆ ਗਿਆ ਜੀ ਪੁਲਿਸ ਦੇ ਹਵਾਲੇ ਕਰਾਤਾ ਜੀ, ਅਤੇ ਜਦੋਂ ਮਤਲਬ ਕੋਈ ਵੀ ਗੱਲਬਾਤ ਹੋਵੇ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਬੰਦਾ ਤਾਂ ਚਲੋ ਅਸੀਂ ਪੁਲਿਸ ਨੂੰ ਫੜਾ ਹੀ ਦਿੱਤਾ ਅਤੇ ਪਰਚਾ ਵੀ ਕਹਿੰਦੇ ਅਸੀਂ ਦਰਜ ਕਰ ਦੇਵਾਂਗੇ। ਬਾਕੀ ਇਹ ਆ ਵੀ ਬੇਨਤੀ ਵੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਗੁਰਦੁਆਰੇ ਜਿੰਨੇ ਵੀ ਹੈਗੇ ਆ, ਕੋਈ ਵੀ ਗੁਰਦੁਆਰਾ ਕੋਈ ਮੰਦਰ ਆ, ਸਾਰਿਆਂ ਦੀ ਹਿਫਾਜ਼ਤ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਮਤਲਬ ਭਾਈਚਾਰਾ ਬਣਿਆ ਰਹੇ, ਤਾਂ ਕਿ ਵਿਗਾੜ ਕੋਈ ਹੱਲ ਇਹਦਾ ਹੱਲ ਲੱਭਿਆ ਜਾਵੇ। ਇਸ ਕਰਕੇ ਗੁਰਦੁਆਰਿਆਂ ਦੀ ਦੇਖਭਾਲ ਜ਼ਰੂਰੀ ਆ ਤਾਂ ਕਿ ਲੜਾਈ ਝਗੜੇ ਹੋਣ ਦਾ ਡਰ ਆ। ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ, ਭਾਈਚਾਰਾ ਸਾਡਾ ਜਿਹੜਾ ਬਹੁਤ ਚੰਗਾ ਪਿੰਡ ਦਾ, ਫਿਰ ਵੀ ਇੱਕ ਦੂਜੇ ਦੀ ਗੱਲ ਮੰਨ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਵੇਰੇ ਨਿਤ ਨੂੰ ਜੀ 10 ਵਜੇ ਮੈਂ ਅਰਦਾਸ ਕਰੀ ਜਾਂਦਾ ਸੀਗਾ। ਇਹ ਜਿਹੜਾ ਆਦਮੀ ਹੈ ਇਹ ਸੁਬਹਾ ਮੇਨ ਗੇਟ ਦੀ ਜਿਹੜੀ ਐਂਟਰੀ ਆ ਉੱਧਰ ਦੀ ਆਇਆ ਹੈ। ਪਹਿਲਾਂ ਨਿਸ਼ਾਨ ਸਾਹਿਬ ਨਾਲ ਛੇੜਖਾਨੀਆਂ ਕਰਦਾ ਰਿਹਾ, ਫਿਰ ਜੋ ਗਰੇਲਾਂ ਲੱਗੀਆਂ ਨੇ ਮੇਨ ਗੇਟ 'ਤੇ ਉਸ 'ਤੇ ਇਹਨੇ ਛੇੜਖਾਨੀ ਕੀਤੀ ਆ। ਮੈਂ ਅਰਦਾਸ ਬੇਨਤੀ ਕਰੀ ਜਾਂਦਾ ਸੀ, ਸੰਗਤ ਖੜ੍ਹੀ ਸੀ, ਅਤੇ ਜਿਹੜਾ ਆਪਾਂ ਤਾਲਾ ਲਾਉਂਦੇ ਹਾਂ ਦਰਬਾਰ ਸਾਹਿਬ ਨੂੰ ਤਾਲਾ ਲਾਉਂਦੇ ਹਾਂ ਉਹ ਨਾਲ ਹੀ ਗੇਟ ਦੇ ਖੋਲ੍ਹ ਕੇ ਰੱਖ ਦੇਈਦਾ। ਪਹਿਲਾਂ ਇਹ ਆਇਆ ਵਾ, ਉਸ ਤਾਲੇ ਨੂੰ ਇਹਨੇ 2-3 ਵਾਰੀ ਛੇੜਿਆ ਵਾ, ਛੇੜਖਾਨੀ ਕੀਤੀ ਉਹਦੇ ਨਾਲ, ਫਿਰ ਇਹ ਬੈਠਾ ਵਾ, ਫਿਰ ਇਹ ਉੱਠ ਗਿਆ ਵਾ, ਉਸ ਤਾਲੇ ਨੂੰ ਇਹਨੇ ਚਲਾ ਕੇ ਮਾਰਿਆ ਵਾ, ਅਤੇ ਫਿਰ ਮੈਂ ਅਰਦਾਸ ਬੇਨਤੀ ਕਰੀ ਜਾਂਦਾ ਵਾ। ਮੈਨੂੰ ਬਾਅਦ 'ਚ ਸੰਗਤ ਦੇ ਦੱਸਿਆ ਵਾ ਇਹ ਜਦੋਂ ਬਾਹਰ ਆਉਣ ਲੱਗਾ ਵਾ ਇਹਨੇ ਐਂ ਕਰਕੇ 2-3 ਵਾਰੀ ਦਾ ਠੱਬੇ ਮਾਰੇ ਮੈਟ ਨੂੰ, ਫਿਰ ਇੱਦਾਂ ਕਰਕੇ ਸਾਰਾ ਮੈਟ ਜਿਹੜਾ ਖਿਲਾਰ ਗਿਆ ਸੀ। ਅਤੇ ਫਿਰ ਅਰਦਾਸ ਬੇਨਤੀ ਤੋਂ ਬਾਅਦ ਮੈਂ ਹੁਕਮਨਾਮਾ ਲੈਣ ਲੱਗਾ, ਅਤੇ ਮਾਤਾ ਜੀ ਕਹਿੰਦੇ ਭਾਈ ਜੀ ਵੀ ਇੱਦਾਂ ਕਰਕੇ ਵੀ ਉਹ ਕੁਝ ਇੱਦਾਂ ਮਦਭਾਗੀਆਂ ਸ਼ਰਕਤਾਂ ਕਰਕੇ ਗਿਆ ਵਾ, ਅਤੇ ਸਾਨੂੰ ਪੂਰਾ ਯਕੀਨ ਸੀਗਾ ਬਈ ਇਹ ਸੰਗਤ ਸੀਗੀ ਜਾਂ ਉਸ ਟਾਈਮ ਅਸੀਂ ਆਪ ਸੀਗੇ ਦਰਬਾਰ ਦੇ ਵਿੱਚ, ਤਾਂ ਕਰਕੇ ਬਚਾਅ ਹੋ ਗਿਆ, ਨਹੀਂ ਤਾਂ ਇਹ ਪੂਰਾ ਬੇਅਦਬੀ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਆ। ਜੋ ਕਿ ਪਹਿਲਾਂ ਇਹਨੇ ਦੇਖਿਆ ਵੀ ਅੰਦਰ ਸਾਰੇ ਹੈਗੇ ਆ, ਅਤੇ 2-3 ਵਾਰੀ ਪਹਿਲਾਂ ਇਹ ਗੇੜੇ ਕੱਢਦਾ ਰਿਹਾ ਬਾਹਰ ਮੇਨ ਗੇਟ 'ਤੇ, ਗੇੜੇ ਕੱਢਿਆ ਇਹਨੇ। ਫਿਰ ਜਦੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਬੀਬੀਆਂ ਨੂੰ ਕਹਿੰਦੀਆਂ, ਬੀਬੀਆਂ ਕਹਿੰਦੀਆਂ ਭਾਈ ਜੀ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ, ਜਦੋਂ ਅਸੀਂ ਬਾਹਰ ਗਏ ਹਾਂ ਤਾਂ ਇਹ ਬੰਦਾ ਜੇ ਇਹ ਗੇੜਾ ਕੱਢ ਕੇ ਇੱਧਰ ਸਕੂਲ ਵਾਲੀ ਸਾਈਡ ਚਲੇ ਗਿਆ ਸੀਗਾ। ਅਤੇ ਉਹ ਨਿਤਨੇਮ ਵੇਲੇ ਇੱਕ ਮੁੰਡਾ ਸੀ ਸਾਡੇ ਨਾਲ, ਉਹਨੂੰ ਮੈਂ ਕਿਹਾ, ਮੈਂ ਕਿਹਾ ਤੁਸੀਂ ਮੋਟਰਸਾਈਕਲ ਲੈ ਕੇ ਆਓ, ਆਪਾਂ ਇਹਨਾਂ ਨੂੰ ਫੜਨਾ ਚਾਹੀਦਾ। ਉਹ ਕਹਿੰਦਾ ਕਹਿੰਦਾ ਭਾਈ ਜੀ ਚਲੋ ਮੈਂ ਮੋਟਰਸਾਈਕਲ ਲੈ ਕੇ ਆਉਣਾ। ਅਤੇ ਉਹ ਕੁਦਰਤੀ ਇਹ ਮੋਟਰਸਾਈਕਲ ਲੈਣ ਗਿਆ ਵਾ, ਅਤੇ ਮੈਂ ਕੁਦਰਤੀ ਮੈਂ ਕਿਹਾ ਮੈਂ ਇੱਧਰ ਦੀ ਜਾ ਕੇ ਦੇਖਦਾ ਵਾਂ। ਇਹਨੇ ਕੀ ਕੀਤਾ, ਜਦੋਂ ਇਹ ਗੇੜਾ ਕੱਢ ਕੇ ਸਕੂਲ ਦੇ ਦੂਸਰਾ ਗੇਟ ਆ ਜਿਹੜਾ ਆਪਣਾ ਗੁਰਦੁਆਰੇ ਸਾਹਿਬ ਦਾ, ਇਹ ਉੱਧਰ ਦੀ ਇਹਨੇ ਆਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਉਹ ਕੁਦਰਤੀ ਜਦੋਂ ਇੱਧਰ ਮੈਂ ਜਾਣ ਲੱਗਾ ਵਾਂ, ਸੰਗਤ ਇੱਧਰ ਦੀ ਕ੍ਰੋਸ ਹੋਣ ਲੱਗੀ ਆ, ਅਤੇ ਸੰਗਤ ਭੱਜ ਕੇ ਵਾਪਸ ਆਈ ਆ। ਸੰਗਤ ਕਹਿੰਦੀ ਬਾਬਾ ਜੀ ਉਹ ਇੱਧਰਲੇ ਗੇਟ ਵੀ ਆ ਗਿਆ। ਅਤੇ ਉਹ ਕੁਦਰਤੀ ਜਦੋਂ ਮੈਂ ਜਾ ਕੇ ਖੜਿਆ, ਅਤੇ ਇੱਧਰਲੇ ਗੇਟ ਅੱਗੇ ਉਹ ਖੜ੍ਹਾ ਹੋਇਆ ਸੀਗਾ। ਅਤੇ ਕਹਿਣ ਦਾ ਭਾਵ ਇਹ ਆ ਕਿ ਉਹਨੇ ਬਾਅਦ 'ਚ ਜਦੋਂ ਇੱਧਰਲੇ ਗੇਟ ਤਾਂ ਨਹੀਂ ਗਿਆ, ਇਹ ਉੱਪਰ ਦੀ ਆ ਕੇ ਇੱਧਰਲੇ ਗੇਟ ਥਾਂ ਦੀ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਆ ਇਹਨੇ। ਅਤੇ ਬਾਅਦ 'ਚ ਇਹਨੂੰ ਅਸੀਂ ਫੜ ਲਿਆ ਵਾ, ਫਿਰ ਜੋ ਵੀ ਕਾਰਵਾਈ ਹੋਈ ਆ ਕਮੇਟੀ ਨੇ ਅਤੇ ਅਸੀਂ ਕੀਤੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਹਾਡਾ ਨਾਮ ਜੀ? ਮੇਰਾ ਨਾਮ ਹੈਗਾ ਜੀ ਗੋਬਿੰਦ ਸਿੰਘ। ਹਾਂ ਠੀਕ। ਅਤੇ ਦੂਸਰਾ ਇਹ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਹਾਂ ਕਿ ਜੋ ਇਹੋ ਜਿਹੇ ਆ ਇਹ ਬਾਅਦ ਵਿੱਚ ਕੁੱਟਾਂ ਵੀ ਖਾ ਲੈਂਦੇ ਆ, ਅਤੇ ਇਹ ਦੱਸਦੇ ਹੈ ਨਹੀਂ ਗੇ ਜਦੋਂ ਬਾਅਦ ਵਿੱਚ ਇਹ ਫੜੇ ਜਾਂਦੇ ਆ, ਅਤੇ ਇਹ ਜਿਹੜੇ ਕਿ ਆਪਣੇ ਮਤ ਬੁੱਧੀਆਂ ਦੀਆਂ ਕੋਸ਼ਿਸ਼ਾਂ ਕਰਦੇ ਆ ਵੀ ਸਾਨੂੰ ਕੋਈ ਪਤਾ ਨਹੀਂ ਗਾ ਜੀ ਅਸੀਂ ਪਾਗਲ ਹਾਂ,
ਅਤੇ ਜਨਤਾ ਵੀ ਕਹਿਣ ਲੱਗ ਜਾਂਦੀ ਹੈ ਜੀ ਇਹ ਸਿਧਰੇ ਆ, ਇਹਨਾਂ ਦਾ ਕੋਈ ਕਸੂਰ ਨਹੀਂ, ਪਰ ਇਹੋ ਜਿਹੇ ਸਿਧਰਿਆਂ ਨੂੰ ਰੇਲ ਗੱਡੀਆਂ ਨਹੀਂ ਦੀਦੀਆਂ, ਕਰੰਟ ਵਾਲੀਆਂ ਤਾਰਾਂ ਨਹੀਂ ਦੀਦੀਆਂ, ਖੂਹ ਨਹੀਂ ਦੀਦੇ, ਛੱਪੜ ਨਹੀਂ ਦੀਦੇ ਗੇ, ਇਹੋ ਜਿਹਿਆਂ ਨੂੰ ਗੁਰੂ ਘਰ ਹੀ ਦੀਦੇ ਆ ਬੇਅਦਬੀਆਂ ਕਰਨ ਵਾਸਤੇ। ਹੋਰ ਵੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵਾਂ ਜੋ ਕਿ ਪੰਜਾਬ ਦੇ ਗੁਰਦੁਆਰੇ ਆ, ਸਾਰਿਆਂ ਨੂੰ ਇਹੋ ਬੇਨਤੀਆਂ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਸੇਫ ਰਹੋ, ਅਤੇ ਕਿਉਂਕਿ ਇਹੋ ਜਿਹਾ ਤੋਂ ਸੰਕੇਤ ਹੋਵੋ ਜੋ ਕਿ ਇਹੋ ਜਿਹੇ ਤਾਂ ਬੇਅਦਬੀਆਂ ਕਰ ਜਾਂਦੇ ਹਨ, ਬਾਅਦ ਵਿੱਚ ਗ੍ਰੰਥੀ ਅਤੇ ਕਮੇਟੀ 'ਤੇ ਪ੍ਰਭਾਵ ਪੈਂਦਾ ਹੈ। ਹੁਣ ਤੁਸੀਂ ਆਪ ਹੀ ਦੱਸੋ, ਨਿਤਨੇਮ ਦੇ ਟਾਈਮ ਵੇਲੇ ਇਹ ਆ ਗਿਆ ਹੈ, ਨਿਤਨੇਮ ਦੇ ਟਾਈਮ ਵੇਲੇ ਆ ਗਿਆ ਹੈ, ਆਪਾਂ ਨਿਤਨੇਮ ਤੋਂ ਬਾਅਦ ਨਾਲ ਦੀ ਨਾਲ ਜਿੰਦਰਾ ਵੀ ਨਹੀਂ ਲਾ ਸਕਦੇ ਦਰਬਾਰ ਨੂੰ। ਅਗਲੇ ਕਹਿਣਗੇ ਬਾਬਾ ਜੀ ਹਾਲੇ ਤਾਂ ਸੰਗਤ ਆਈ ਜਾਂਦੀ ਆ, 24 ਘੰਟੇ ਦੇ ਗ੍ਰੰਥੀ ਨਿਗਾਹ ਰੱਖ ਵੀ ਨਹੀਂ ਸਕਦਾ, ਕਿਉਂਕਿ ਬਾਥਰੂਮ ਵੀ, ਮੰਨ ਲਓ ਜੇ ਬਾਥਰੂਮ ਵੀ ਜਾਣਾ, ਇਹੋ ਜਿਹਾ ਆ ਕੇ 2 ਮਿੰਟਾਂ 'ਚ ਬੇਅਦਬੀ ਕਰਕੇ ਜਾਊਗਾ, ਅਤੇ ਤੁਸੀਂ ਦੱਸੋ ਇਹੋ ਜਿਹਾ ਤਾਂ ਕੀ ਕੀਤਾ ਜਾਵੇ। ਮੈਂ ਤਾਂ ਇਹੋ ਸੰਕੇਤ ਬੇਨਤੀ ਕਰਦਾ ਵਾਂ ਵੀ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਕਮੇਟੀ ਨੂੰ ਵੀ, ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਆ ਬਈ ਜਿੰਨਾ ਵੱਧ ਤੋਂ ਵੱਧ ਸੰਕੇਤ ਹੁੰਦਾ ਮਹਾਰਾਜ ਦੀ ਆਪਾਂ ਰਾਖੀ ਰੱਖੀਏ। ਇਹੋ ਜਿਹੇ ਬਾਅਦ ਵਿੱਚ ਕੁਛ ਵੀ ਨਹੀਂ ਦੱਸਦੇ ਅਸੀਂ ਕਿੱਥੋਂ ਆਏ ਹਾਂ ਕਿੱਥੋਂ ਗਏ ਹਾਂ, ਇਹਨੂੰ ਸਵੇਰ ਦਾ ਹੀ ਇਹੋ ਪੁੱਛੇ ਜਾਂਦੇ ਹਾਂ ਕਿ ਭਾਈ ਦੱਸ ਦੇ ਤੂੰ ਕਿੱਥੋਂ ਆਇਆ, ਕਦੇ ਨੇਪਾਲ, ਕਦੇ ਯੂਪੀ, ਕਦੇ ਬਿਹਾਰ, ਇਹ ਕੁਛ ਵੀ ਨਹੀਂ ਦੱਸ ਰਿਹਾ ਜੀ। ਦੱਸੋ, ਇਹ ਬੇਨਤੀਆਂ ਮੇਰੀਆਂ ਜੋ ਆ ਇਹ ਸੰਗਤ ਪ੍ਰਵਾਨ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਟੀ ਪਿੰਡ ਥਾਣਾ ਫਲੌਰ ਵਿੱਚ ਪੈਂਦਾ, ਜਿੱਥੇ ਇੱਕ ਅਣਪਛਾਤਾ ਆਦਮੀ ਦਾਖਲ ਹੋਇਆ ਸੀ, ਜੋ ਮੈਂ ਮੌਕਾ 'ਤੇ ਪੁਲਿਸ ਪਾਰਟੀ ਸਮੇਤ ਪੁੱਜੇ ਸੀ, ਜਿਸ 'ਤੇ ਅਸੀਂ ਵੈਰੀਫਾਈ ਕੀਤਾ। ਜੋ ਗ੍ਰੰਥੀ ਸਿੰਘ ਨੇ ਦੱਸਿਆ ਕਿ ਸੁਬਹਾ 5:30 ਵਜੇ ਦੀ ਨਿਤਨੇਮ ਦੀ ਅਰਦਾਸ ਹੋ ਰਹੀ ਸੀ, ਤਾਂ ਇਹ ਅਣਪਛਾਤਾ ਆਦਮੀ ਗੁਰਦੁਆਰਾ ਸਾਹਿਬ 'ਚ ਜਦੋਂ ਦਾਖਲ ਹੋਇਆ, ਇੰਨੇ ਵਾਈਪਰ ਨਾਲ ਜੋ ਨਿਸ਼ਾਨ ਸਾਹਿਬ ਦੇ ਉੱਤੇ 2-4 ਮਾਰੇ, ਉਪਰੰਤ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ। ਜੋ ਲੋਕ ਸੀ ਇਹਦੇ ਹੱਥ ਵਿੱਚ ਫੜਿਆ, ਉਹ ਫਰਸ਼ ਦੇ ਉੱਪਰ ਮਾਰ ਰਿਹਾ ਸੀ, ਅਤੇ ਜਿਹੜੀਆਂ ਗਲੀਚੇ ਚਾਦਰਾਂ ਵਿਛੀਆਂ ਸੀ ਉਹਨਾਂ ਨੂੰ ਉਤਰ ਪੁਤਰ ਕੀਤਾ, ਅਤੇ ਲੋਕ ਜਿਹੜਾ ਉਹ ਗ੍ਰੰਥੀ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜੋ ਮੌਕੇ 'ਤੇ ਸ਼ਰਧਾਲੂ ਸੀ ਉਹਨਾਂ ਨੇ ਇਸ ਨੂੰ ਹਟਾ ਤਾ, ਜੋ ਇਹ ਬਾਹਰ ਨੂੰ ਖਿਸਕ ਗਿਆ। ਉਪਰੰਤ ਉਹਨਾਂ ਇਹਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਗਣੇਸ਼ ਖੜਗਾ ਸਨ ਆਫ ਕੇਸ਼ ਬਹਾਦਰ ਵਾਸੀ ਨੇਪਾਲ ਦੱਸਿਆ, ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਕੋਈ ਲੇਬਰ ਦਾ ਕੰਮ ਕਰਦਾ ਸੀ, ਜਿਸ ਨੂੰ ਅਸੀਂ ਹੁਣ ਅਰੈਸਟ ਕਰ ਲਿਆ, ਜਿਸ ਦੇ ਬਰਖਿਲਾਫ਼ ਮੁਕੱਦਮਾ ਦਰਜ ਕਰ ਰਿਹਾ। ਹੋਰ ਇਹ ਅੰਦਰ ਕੋਈ ਇਹਨੇ ਜਿੱਦਾਂ ਗਲੀਚੇ ਵਗੈਰਾ ਸੀਗੇ ਉਹ ਵੀ ਉਤਲ ਪੁਤਲ ਕੀਤੇ ਹੈਗੇ ਆ, ਨੰਗੇ ਸਿਰ ਦਾਖਲ ਹੋਇਆ ਜਾਂ ਟਕਿਆ ਹੋਇਆ? ਹਾਂਜੀ, ਇਹ ਨੰਗੇ ਸਿਰ ਦਾਖਲ ਹੋਇਆ, ਜੋ ਪੈਰਾਂ ਤੋਂ ਇਹਨੇ ਚੱਪਲ ਉਤਾਰੀ ਹੋਈ ਸੀ, ਇਸ ਤੋਂ ਵੱਧ ਹੋਰ ਕੋਈ ਇਹਨੇ ਐਕਟ ਨਹੀਂ ਕੀਤਾ। ਕੀ ਕਾਰਵਾਈ ਕੀ ਹੈ ਜੀ ਉੱਤੇ? ਅਸੀਂ 298 BNS ਦੀ ਸੈਕਸ਼ਨ ਤਹਿਤ ਕੇਸ ਰਜਿਸਟਰਡ ਕਰ ਰਹੇ ਹਾਂ, ਇਹਦੇ ਵਿੱਚ ਇਸਨੂੰ ਅਸੀਂ ਅਰੈਸਟ ਕਰ ਰਹੇ ਹਾਂ, ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।